ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਜਸਦੀਪ ਸਿੰਘ ਸੋਢੀ ਲੁਧਿਆਣੇ ਤੋਂ ਲੋਕ ਸਭਾ ਚੋਣ ਲੜ ਰਿਹਾ ਜੀ। ਮੈਂ ਤੁਹਾਨੂੰ ਅੱਜ ਫਿਰ ਇੱਕ ਵਾਰ ਯਾਦ ਦਿਵਾਉਣਾ ਚਾਹੂੰਗਾ ਕਿ ਸੰਡੇ ਐਤਵਾਰ ਵਾਲੇ ਦਿਨ ਆਪਾਂ ਸਾਰਿਆਂ ਨੇ ਵੋਟ ਪਾਉਣੀ ਆ। ਸੋ ਆਪਾਂ ਅੱਜ ਤੋਂ ਪਹਿਲਾਂ ਵੀ ਵੋਟਾਂ ਪਾਉਂਦੇ ਆ ਰਹੇ ਹਾਂ, ਪਰ ਮੈਂ ਤੁਹਾਨੂੰ ਅੱਜ ਇੱਕ ਰਿਕੁਐਸਟ ਕਰੂੰਗਾ ਵੀ ਤੁਸੀਂ ਸਾਰੇ ਜਾਣੇ ਇਸ ਵਾਰ ਵੋਟ ਪਾਇਓ, ਪਰ ਇਸ ਵਾਰ ਨਾ ਤੁਸੀਂ ਜਿਹੜੀ ਵੋਟ ਆਪਣੀ ਉਹ ਸੋਚ ਕੇ ਪਾਇਓ, ਤਾਂ ਜੋ ਅੱਜ ਉਸ ਵੋਟ ਦੇ ਨਾਲ ਤੁਹਾਡੇ ਬੱਚਿਆਂ ਦਾ, ਤੁਹਾਡੀ ਫੈਮਿਲੀ ਦਾ ਫਿਊਚਰ ਜੁੜਿਆ ਹੋਇਆ, ਤਾਂ ਕਿ ਜੋ ਅੱਜ ਤੱਕ ਤੁਹਾਡੇ ਨਾਲ ਹੁੰਦਾ ਆ ਰਿਹਾ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਕਦੇ ਦੁਬਾਰਾ ਨਾ ਹੋਵੇ। ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਰਿਕੁਐਸਟ ਹੈ ਕਿ ਤੁਸੀਂ ਸਾਰਿਆਂ ਨੇ ਇਸ ਵਾਰ ਵੋਟ ਪਾਉਣੀ ਆ, ਔਰ ਵੋਟ ਤੁਸੀਂ ਇਸ ਵਾਰ ਆਪਣੀ ਫੈਮਿਲੀ, ਆਪਣੇ ਬੱਚਿਆਂ ਦੇ ਫਿਊਚਰ ਦੇ ਲਈ ਪਾਉਣੀ ਆ। ਸੋ ਮੈਂ ਗੱਲ ਕਰਾਂ, ਮੈਨੂੰ 2-4 ਦਿਨ ਪਹਿਲਾਂ ਕਿਸੇ ਨੇ ਸਵਾਲ ਕੀਤਾ ਕਿ ਸੋਢੀ ਸਾਹਿਬ ਤੁਹਾਡੇ ਸ਼ਹਿਰ ਦੇ ਵਿੱਚ ਜ਼ਿਆਦਾ ਕੋਈ ਪੋਸਟਰ ਨਹੀਂ ਦਿਖਾਈ ਦੇ ਰਹੇ, ਜ਼ਿਆਦਾ ਤੁਹਾਡੇ ਕੋਈ ਬੋਰਡ ਲੱਗੇ ਨਹੀਂ ਦਿਖਾਈ ਦੇ ਰਹੇ। ਸੋ ਮੈਂ ਉਹਨਾਂ ਨੂੰ ਇੱਕ ਗੱਲ, ਇੱਕ ਬੜਾ ਵਧੀਆ ਜਵਾਬ ਦਿੱਤਾ। ਮੈਂ ਕਿਹਾ ਭਾਈ ਸਾਹਿਬ, ਜਿਨ੍ਹਾਂ ਨੇ ਅੱਜ ਇੰਨੀ ਜ਼ਿਆਦਾ ਐਡ ਕੀਤੀ ਹੋਈ ਆ, ਜਿਨ੍ਹਾਂ ਦੇ ਇੰਨੇ ਜ਼ਿਆਦਾ ਬੋਰਡ ਲੱਗੇ ਹੋਏ ਨੇ, ਜਿਨ੍ਹਾਂ ਦਾ ਇੰਨਾ ਜ਼ਿਆਦਾ ਚਿਹਰਾ ਹਾਈਲਾਈਟ ਹੋ ਰਿਹਾ, ਸ਼ਾਇਦ ਅਗਰ ਅੱਜ ਉਹਨਾਂ ਨੇ ਕੁਛ ਕੰਮ ਕੀਤੇ ਹੁੰਦੇ, ਕੁਛ ਕੁ ਨੌਕਰੀਆਂ ਦਿੱਤੀਆਂ ਹੁੰਦੀਆਂ ਜਾਂ ਕੁਛ ਕੁ ਸਮਾਰਟਫੋਨ ਹੀ ਦਿੱਤੇ ਹੁੰਦੇ, ਤਾਂ ਸ਼ਾਇਦ ਉਹਨਾਂ ਨੂੰ ਅੱਜ ਇੰਨੀ ਪਬਲਿਸਿਟੀ ਕਰਨ ਦੀ ਜ਼ਰੂਰਤ ਨਾ ਪੈਂਦੀ। ਸੋ ਬਾਕੀਆਂ ਦੀ ਗੱਲ ਕਰਾਂ ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਅੱਜ ਇੰਨੀ ਵਾਰ MLA ਵੀ ਰਹਿ ਚੁੱਕੇ ਹੈਗੇ ਨੇ, ਅੱਜ ਉਹਨਾਂ ਨੇ ਕਦੇ ਆਪਣੇ ਹਲਕਿਆਂ ਦੇ ਵਿੱਚ ਕੰਮ ਨਹੀਂ ਕੀਤਾ, ਅਤੇ ਅੱਜ ਉਹ ਦਾਅਵਾ ਕਰਦੇ ਪਏ ਨੇ ਕਿ ਪੂਰੇ ਜ਼ਿਲ੍ਹੇ ਨੂੰ ਅਸੀਂ ਸੁਧਾਰ ਕੇ ਜਾਵਾਂਗੇ। ਸੋ ਮੈਂ ਅੱਜ ਕਹਿਣਾ ਚਾਹੂੰਗਾ ਕਿ ਤੁਸੀਂ ਅੱਜ ਸਾਰੇ ਸਿਆਣੇ ਹੋ ਚੁੱਕੇ ਹੋ, ਤੁਹਾਨੂੰ ਅੱਜ ਜਿੰਨੀ ਕੁ ਸਮਝ ਹੈ ਕਿ ਸਾਡੇ ਨਾਲ ਸਹੀ ਹੈ ਕਿ ਸਾਡੇ ਨਾਲ ਗਲਤ ਹੈ। ਤੋ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ, ਅਗਰ ਤੁਹਾਨੂੰ ਅੱਜ ਲੱਗ ਰਿਹਾ ਕਿ ਅਸੀਂ ਅੱਜ ਚੰਗਾ ਕੰਮ ਕਰ ਰਹੇ ਹਾਂ, ਸਾਡੀ ਟੀਮ ਅੱਜ ਲੋਕਾਂ ਦੇ ਲਈ ਕੰਮ ਕਰ ਰਹੀ ਆ, ਤਾਂ ਤੁਸੀਂ ਇਸ ਵਾਰ 19 ਮਈ ਨੂੰ 19 ਨੰਬਰ ਬੈਟਰੀ ਟੋਰਚ ਦਾ ਬਟਨ ਨੱਪ ਕੇ ਸਾਨੂੰ ਕਾਮਯਾਬ ਬਣਾਓ, ਤਾਂ ਜੋ ਅਸੀਂ ਅੱਜ ਮੁੱਦਿਆਂ 'ਤੇ ਕੰਮ ਕਰ ਰਹੇ ਹਾਂ, ਤਾਂ ਜੋ ਅਸੀਂ ਅੱਜ ਲੋਕਾਂ ਦੀ ਸੇਵਾ ਕਰਦੇ ਹਾਂ, ਅਸੀਂ ਉਹਦੇ ਵਿੱਚ ਖਰੇ ਉਤਰ ਸਕੀਏ। ਸੋ ਮੈਂ ਇਹੀ ਬੋਲ ਕੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।